ਵਾਹੇ ਗੁਰੂ ਮੂਕ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਅਤੇ ਸਨਮਾਨ ਯੋਗ ਜਾਗਤ ਜੋਤ ਹਾਜ਼ਰ ਨਾਜ਼ਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਸਰਬੱਤ ਮਾਈ ਭਾਈ ਦੂਰੋਂ ਨੇੜਿਓਂ ਪਹੁੰਚੀਆਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਜੋ ਅੱਜ ਆਪਾਂ ਮਹਾਨ ਪਵਿੱਤਰ ਦਿਹਾੜਾ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਭਗਤ ਜੀਆਂ ਦੇ ਪ੍ਰਕਾਸ਼ ਦਿਹਾੜ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਹੀ ਸਤਿਕਾਰਯੋਗ ਅਸਥਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੋ ਲੰਬੇ ਸਮੇਂ ਤੋਂ ਪ੍ਰਬੰਧਕਾਂ ਵੱਲੋਂ ਇਹ ਪਾਵਨ ਦਿਹਾੜਾ ਮਨਾਉਣ ਦਾ ਉੱਦਮ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਸੋਚ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਮਾਗਮ ਮਨਾਏ ਜਾ ਰਹੇ ਨੇ ਅੱਜ ਫਿਰ ਆਪਾਂ ਉਸ ਸਮਾਗਮ ਦੇ ਸੰਬੰਧ ਵਿੱਚ ਇਕੱਤਰਿਤ ਹੋਏ ਹਾਂ ਸੰਗਤ ਰੂਪ ਦੇ ਵਿੱਚ
ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਨੇ, ਚਰਨ ਧੂੜ ਪ੍ਰਾਪਤ ਕੀਤੀ ਹੈ। ਸ਼ਾਮ ਦੇ ਨਿਤਨੇਮ ਰਹਿ ਰਾਸਾ ਜੀ ਦੇ ਪਾਠ, ਹੁਕਮਨਾਮੇ ਸਾਹਿਬ, ਅਰਦਾਸ ਬੇਨਤੀ, ਫਿਰ ਗੁਰੂ ਘਰ ਦੇ ਮਹਾਨ ਕੀਰਤਨੀਏ ਇਸ ਅਸਥਾਨ ਦੇ ਹਜ਼ੂਰੀ ਰਾਗੀ ਜਥਾ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀਆਂ ਨੇ ਬਹੁਤ ਪਿਆਰ ਸਤਿਕਾਰ ਨਾਲ ਆਪਾਂ ਨੂੰ ਭਗਤਾਂ ਦੀ ਬਾਣੀ ਵਿੱਚੋਂ ਮਨੋਹਰ ਕੀਰਤਨ ਸਰਵਣ ਕਰਵਾਇਆ। ਬਹੁਤ ਬਹੁਤ ਧੰਨਵਾਦ ਹੈ ਗੁਰੂ ਪਿਆਰਿਆਂ ਦਾ। ਭਲੋ ਭਲੋ ਰਹੀ ਕੀਰਤਨੀਆਂ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੋੜੀ ਰੱਖਣ, ਹੋਰ ਕੀਰਤਨ ਦੀ ਦਾਤ, ਗੁਰਬਾਣੀ ਦੀ ਸੋਧ ਬੋਧ ਪ੍ਰਾਪਤ ਹੋਵੇ, ਗੁਰੂ ਚਰਨਾਂ ਨਾਲ ਬਣ ਆਵੇ। ਅਤੇ ਆਓ, ਜਿੰਨਾ ਕੁ ਹੋਰ ਬਾਕੀ ਸਮਾਂ ਰਹਿੰਦਾ ਹੈ, ਗੁਰੂ ਸਾਹਿਬ ਦੀ ਪਾਵਨ ਗੋਦ ਵਿੱਚ ਬੜੇ ਅਦਬ ਸਤਿਕਾਰ ਨਾਲ ਬੈਠਣਾ ਹੈ, ਗੱਲਾਂ ਬਾਤਾਂ ਦੀ ਸੰਕੋਚ ਰੱਖਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਸਮਝਣਾ, ਇਸ ਵੇਲੇ ਅਸੀਂ ਗੁਰੂ ਪਰਮੇਸ਼ਰ ਰੱਬ ਦੀ ਗੋਦ ਵਿੱਚ ਬੈਠੇ, ਪੂਰੇ ਦਾ ਪੂਰਾ ਧਿਆਨ ਗੁਰੂ ਚਰਨਾਂ ਵੱਲ ਅਤੇ ਆਪਣੇ ਕੰਨਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜ ਕੇ ਆਨੰਦ ਮਾਨਣਾ। ਜਿਤਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਜਿਤਨੇ ਕੁ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਕੇ ਸੇਵਾ ਲੈਣਗੇ, ਓਨੀ ਆਪਾਂ ਰਲ ਮਿਲ ਕੇ ਵਿਚਾਰ ਕਰਾਂਗੇ। ਆਓ, ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਰਸਨਾ ਪਵਿੱਤਰ ਕਰ ਲਈਏ। ਸਾਰੇ ਪਿਆਰ ਸਤਿਕਾਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਬਹੁਤ ਅਮੋਲਕ ਬਚਨ ਵਾਰ ਵਾਰ ਮਹਾਰਾਜ ਨੇ ਬਾਣੀ 'ਚ ਦਰਜ ਕੀਤੇ ਨੇ। ਉਹਨਾਂ ਦਾ ਹੀ ਆਉਣਾ ਸੰਸਾਰ ਉੱਤੇ ਥਾਂ ਪਿਆ, ਲੇਖੇ ਲੱਗੇ, ਗੁਰੂ ਚਰਨਾਂ 'ਚ ਪ੍ਰਵਾਨ ਹੋਏ, ਜਿਨ੍ਹਾਂ ਨੇ ਦੁਨੀਆਂ ਵਾਸਤੇ ਕੁਝ ਕੀਤਾ, ਜਿਨ੍ਹਾਂ ਨੇ ਆਪ ਜਪਿਆ ਅਤੇ ਦੁਨੀਆਂ ਨੂੰ ਨਾਮ ਜਪਾਇਆ, ਜਿਹੜੇ ਆਪ ਤਰੇ ਨੇ ਅਤੇ ਦੁਨੀਆਂ ਨੂੰ ਤਾਰ ਕੇ ਗਏ ਨੇ, ਉਹਨਾਂ ਨੂੰ ਆਖਿਆ ਧੰਨ ਧੰਨ ਧੰਨ। ਨਹੀਂ ਤਾਂ ਸੰਸਾਰ ਆਉਂਦਾ ਚਲਿਆ ਜਾਂਦਾ, ਆਪਣੇ ਕਰਮਾਂ ਦਾ ਫਲ ਭੋਗ ਕੇ ਮੁੜ ਜਾਂਦਾ। ਅਤੇ ਬਾਣੀ ਨੇ ਮਾਤਾਵਾਂ ਨੂੰ ਵੀ ਸਤਿਕਾਰ ਦਿੱਤਾ। ਵਿਦਵਾਨ ਕਹਿੰਦਾ ਉਹੀ ਮਾਤਾ ਦੁਨੀਆਂ 'ਤੇ ਆਈ ਸਤਿਕਾਰ ਯੋਗ ਹੈ ਜਿਹੜੀ ਤਿੰਨ ਤਰ੍ਹਾਂ ਦੇ ਸ਼ਖਸੀਅਤਾਂ ਨੂੰ, ਆਤਮਾਵਾਂ ਨੂੰ ਜਨਮ ਦੇਵੇ, ਦਾਨੀ ਨੂੰ, ਭਗਤ ਨੂੰ ਅਤੇ ਸੂਰਮੇ ਨੂੰ।
ਇਹ ਤੋਂ ਇਲਾਵਾ ਜਿਹੜੀਆਂ ਮਾਵਾਂ ਜਨਮ 'ਤੇ ਦੇ ਰਹੀਆਂ ਨੇ, ਮਾਤਾ ਜਨਨੀ ਹੈ ਸੰਸਾਰ ਦੀ, ਪਰ ਉਹਨਾਂ ਨੂੰ ਬਾਣੀ ਨੇ ਧਨਤਾ ਦੇ ਯੋਗ ਨਹੀਂ ਆਖਿਆ। ਜਿਸਦਾ ਬੱਚਾ ਨਾਮ ਨਾ ਜਪੇ ਉਹਨੂੰ ਤਾਂ ਪਾਤਸ਼ਾਹ ਨੇ ਸਾਫ਼ ਕਹਿ ਦਿੱਤਾ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਉਹ ਮਾਤਾ ਜਨਮ ਨਾ ਦੇਵੇ ਜਿਸ ਬੱਚੇ ਨੇ ਨਾਮ ਹੀ ਨਹੀਂ ਜਪਿਆ, ਉਹਦਾ ਫਾਇਦਾ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਪਵਿੱਤਰ ਆਤਮਾਵਾਂ ਨੂੰ ਗੁਰਬਾਣੀ ਵਿੱਚ ਥਾਂ ਦਿੱਤਾ, 15 ਭਗਤ, 11 ਭੱਟ, 6 ਗੁਰੂ ਸਾਹਿਬਾਨ ਅਤੇ 4 ਗੁਰਸਿੱਖ, 36 ਪਵਿੱਤਰ ਆਤਮਾਵਾਂ ਦਾ ਬਾਣੀ ਦਾ ਸੰਗ੍ਰਹਿ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। 10,24,000 ਅੱਖਰ ਗੁਰੂ ਗ੍ਰੰਥ ਸਾਹਿਬ ਜੀ ਦੇ, ਇਹਦਾ ਇੱਕ ਇੱਕ ਅੱਖਰ ਨਾਮ ਜਪਣ ਜਪਾਉਣ ਵਾਲਿਆਂ ਦਾ ਸਤਿਕਾਰ ਕਰ ਰਿਹਾ। ਨਿੰਦਿਆ ਜੇ ਕੀਤੀ ਹੈ ਗੁਰਬਾਣੀ ਨੇ ਤਾਂ ਗੁਰਮੁਖੋ ਮਾੜੇ ਕਰਮਾਂ ਵਾਲਿਆਂ ਦੀ ਕੀਤੀ ਹੈ, ਸੋਭਾ ਕੀਤੀ ਹੈ ਚੰਗੇ ਕਰਮਾਂ ਵਾਲਿਆਂ ਦੀ, ਜਿਹੜੇ ਚੰਗੇ ਕੰਮ ਕਰਦੇ ਨੇ। ਇੱਥੋਂ ਤੱਕ ਮਹਾਰਾਜ ਸਤਿਕਾਰ ਦੇ ਗਏ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਕਈ ਕਹਿਣਗੇ ਸਾਧੂਆਂ ਦਾ ਸਤਿਕਾਰ ਕਿਉਂ ਕਰਦੇ ਹੋ, ਭਗਤਾਂ ਦਾ ਕਿਉਂ ਕਰਦੇ ਹੋ, ਗੁਰਬਾਣੀ ਦਾ ਸਤਿਕਾਰ ਕਰੋ। ਜਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿ ਗਏ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੇ। ਹੁਣ ਇਦੋਂ ਵੱਡਾ ਸਤਿਕਾਰ ਫਿਰ ਕੌਣ ਦੇਊਗਾ, ਅਸੀਂ ਕਿਉਂ ਨਾ ਦੇਈਏ। ਇੱਥੋਂ ਤੱਕ ਵੀ ਲਿਖ ਦਿੱਤਾ ਮਹਾਰਾਜ ਨੇ, ਤੈਂ ਸਾਹਿਬ ਕੀ ਬਾਤ ਜੇ ਆਖੇ, ਜਿਹੜਾ ਗੁਰੂ ਦੀ ਗੱਲ ਸੁਣਾਵੇ, ਕਹੋ ਨਾਨਕ ਕਿਆ ਦੀਜੈ, ਉਹਨੂੰ ਕੀ ਦਈਏ, ਸਵਾਲ ਕਰਦਾ, ਫਿਰ ਜਵਾਬ ਵੀ ਆਪ ਹੀ ਦਿੱਤਾ, ਸੀਸ ਵੱਡੇ ਕਰ ਬੈਸਣ ਦੀਜੈ। ਉਹਦੇ ਬੈਠਣ ਵਾਸਤੇ ਸਿਰ ਵੀ ਵੱਢ ਕੇ ਜੇ ਧਰ ਦੀਏ, ਮੂੜਾ ਬਣਾ ਕੇ ਉਹ ਵੀ ਥੋੜ੍ਹਾ, ਫਿਰ ਬਿਨ ਸਿਰ ਸੇਵ ਕਰੀਜੈ। ਸਿਰ ਵੱਢਣ ਦਾ ਅਰਥ ਹੈ ਝੁਕ ਜਾਣਾ, ਨਿਮਰਤਾ ਲਿਆਉਣੀ, ਨਿਮਰਤਾ ਸਤਿਕਾਰ ਦੇਣਾ। ਸੋ ਬਾਣੀ ਜਪ ਪੜ੍ਹਨ ਪੜ੍ਹਾਉਣ ਵਾਲਾ ਸਤਿਕਾਰ ਜਿੰਨਾ ਹੋਵੇ ਓਨਾ ਹੀ ਥੋੜ੍ਹਾ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਉਹਨਾਂ ਨੂੰ ਵੀ ਥਾਂ ਦਿੱਤਾ ਜਿਨ੍ਹਾਂ ਨੂੰ ਉਸ ਮੌਕੇ ਦੇ ਮਨੋਵਾਦੀਆਂ ਨੇ ਦੁਰਕਾਰਿਆ ਸੀ, ਫਿਟਕਾਰਿਆ ਸੀ, ਅਤੀ ਨੀਚ ਆਖਿਆ ਸੀ। 4 ਕੈਟਾਗਰੀਆਂ ਸਾਡੇ ਸਮਾਜ ਦੀਆਂ ਬਣਾਈਆਂ, ਬ੍ਰਾਹਮਣ, ਖੱਤਰੀ, ਵੈਸ ਅਤੇ ਸ਼ੂਦਰ, ਔਰ ਉਹਨਾਂ ਡਿਊਟੀਆਂ ਵੀ ਲਾਤੀਆਂ। ਬਹੁਤ ਸਿਆਣੀ ਸੰਗਤ ਹੈ, ਬਹੁਤ ਸਮਝਦਾਰ ਸੰਗਤ ਹੈ, ਬੜੇ ਸਤਿਕਾਰਯੋਗ ਜੋ ਇਸ ਅਸਥਾਨ ਦੀ ਇਸ ਵੇਲੇ ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਨੇ, ਮੈਨੇਜਰ ਸਾਹਿਬ ਦੀ ਪਦਵੀ 'ਤੇ, ਸਰਦਾਰ ਗੁਰਪ੍ਰੀਤ ਸਿੰਘ ਜੀ, ਅਤਿ ਸਤਿਕਾਰਯੋਗ ਸ਼ਖਸੀਅਤ ਹੈ ਸਾਡੇ ਸਿੱਖ ਧਰਮ ਦੀ, ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਵੇਲੇ ਜੇਲ੍ਹਾਂ ਵੀ ਕੱਟੀਆਂ, ਤਸੱਦਦ ਵੀ ਝੱਲਿਆ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ ਵਾਲਿਆਂ ਦੇ ਨਾਲ, ਸਾਡੇ ਬੜੇ ਪਿਆਰ ਵਾਲੇ ਮਹਾਂਪੁਰਸ਼ੋ ਵੀ, ਬਹੁਤ ਸਿੱਖ ਧਰਮ ਵਾਸਤੇ ਕੁਰਬਾਨੀ ਦਿੱਤੀ। ਕੁਰਬਾਨੀ ਵਾਲੀ ਰੂਹ ਹੈ
ਔਰ ਨਾਮ ਦੇ ਰਸੀਏ ਹਰ ਵੇਲੇ ਸਹਿਜ ਪਾਠ ਦਾ ਪ੍ਰਵਾਹ ਚੱਲਦਾ। ਗੁਰੂ ਘਰ ਦੀ ਬਹੁਤ ਵਧੀਆ ਢੰਗ ਨਾਲ ਸੇਵਾ ਨਿਭਾ ਰਹੇ ਨੇ, ਸਾਨੂੰ ਮਾਣ ਹੈ ਇਹਨਾਂ ਗੁਰਮੁਖਾਂ 'ਤੇ ਜਿਨ੍ਹਾਂ ਨੇ ਇਸ ਅਸਥਾਨ ਉੱਤੇ ਇਹ ਦਿਹਾੜਾ ਮਨਾਉਣ ਦਾ ਉਪਰਾਲਾ ਕੀਤਾ ਪਿਛਲੇ ਸਾਲਾਂ ਤੋਂ। ਸਤਿਕਾਰਯੋਗ SGPC ਮੈਂਬਰ ਸਾਹਿਬਾਨ ਸਰਦਾਰ ਦਵਿੰਦਰ ਸਿੰਘ ਜੀ ਖੱਟੜਾ, ਉਹ ਸਿਹਤ ਖਰਾਬ ਹੋਣ ਕਰਕੇ ਨਹੀਂ ਪਹੁੰਚ ਸਕੇ, ਉਹਦੇ ਬੇਟਾ ਜੀ ਪਹੁੰਚੇ ਨੇ। ਸਾਡੇ ਬਹੁਤ ਸਤਿਕਾਰ ਸਰਦਾਰ ਹਰਪਾਲ ਸਿੰਘ ਜੀ ਜੱਲਾ ਜੀ ਸੰਗਤ ਦੇ ਵਿੱਚ ਹਾਜ਼ਰ ਨੇ, ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਇਲਾਕੇ ਨੂੰ, ਸਿੱਖ ਕੌਮ ਨੂੰ, ਧਰਮ ਨੂੰ। ਸਤਿਕਾਰ ਉਸ ਸਾਰਿਆਂ ਦਾ ਜੋ SGPC ਦੇ ਅੰਡਰ ਰਹਿ ਕੇ ਬਹੁਤ ਵਧੀਆ ਢੰਗ ਨਾਲ ਸੇਵਾਵਾਂ ਨਿਭਾ ਰਹੇ। ਇਹ ਫਰਜ਼ ਹੈ ਇਹਨਾਂ ਦਾ, ਉਹ ਡਿਊਟੀ ਸਹੀ ਢੰਗ ਨਾਲ ਨਿਭਾ ਰਹੇ ਨੇ। ਜੋ ਸਾਡੀ ਪਾਰਲੀਮੈਂਟ ਹੈ SGPC, ਸਾਨੂੰ ਮਾਣ ਹੈ, ਔਰ ਅੱਜ ਦੁਨੀਆ ਵਿੱਚ ਸਿੱਖ ਧਰਮ ਦਾ ਨਾਂ ਹੈ। ਸੋ ਮੈਂ ਬੇਨਤੀ ਕਰਾਂ, ਜਿਹੜਾ ਅੱਜ ਆਪਣਾ ਵਿਸ਼ਾ ਹੈ, ਜਿਨ੍ਹਾਂ ਨੂੰ ਦੁਰਕਾਰਿਆ ਫਿਟਕਾਰਿਆ ਗਿਆ, ਬ੍ਰਾਹਮਣ ਨੂੰ ਡਿਊਟੀ ਸੀ ਤੋਂ ਵੇਦ ਪੜ੍ਹਨੇ ਨੇ ਅਤੇ ਪੜ੍ਹਾਉਣੇ ਨੇ, ਜੋ ਪੂਜਾ ਕਰਾਉਣੀ ਹੈ। ਜਿਹੜਾ ਦੂਜਾ ਨੰਬਰ ਹੈ ਖੱਤਰੀ, ਤੂੰ ਸ਼ਸਤਰਧਾਰੀ ਹੋ ਕੇ ਰਾਖੀ ਕਰਨੀ ਹੈ ਸਮਾਜ ਦੀ, ਪਰ ਤੂੰ ਕੇਵਲ ਵੇਦ ਪੜ੍ਹ ਸਕਦਾ, ਪੜ੍ਹਾ ਨਹੀਂ ਸਕਦਾ। ਅੱਗੇ ਪੜ੍ਹਾ ਨਹੀਂ ਸਕਦਾ, ਪੜ੍ਹ ਸਕਦਾ। ਜਿਹੜਾ ਤੀਜਾ ਮੈਂ ਕੇਵਲ ਸੰਖੇਪ 'ਚ ਕਹਿ ਰਿਹਾ, ਬੜੇ ਆਪ ਜੀ ਵਿਦਵਾਨ ਹੋ, ਸੰਗਤ ਸਗੋਂ ਬੁਲਾਰਿਆਂ ਨੂੰ ਜ਼ਿਆਦਾ ਸਮਝਦਾਰ ਹੁੰਦੀ ਹੈ, ਕਿ ਉਹਨਾਂ ਨੇ ਬਹੁਤ ਜਗ੍ਹਾ ਤੋਂ ਸੁਣ ਸੁਣ ਕੇ ਗਿਆਨ ਇਕੱਠਾ ਕੀਤਾ ਹੁੰਦਾ। ਇਹ ਇਤਿਹਾਸ ਨੂੰ ਦੁਹਰਾਉਣ ਦਾ ਕੀ ਮਤਲਬ ਹੁੰਦਾ? ਇਤਿਹਾਸ ਉਹੀ ਹੈ, ਬਾਣੀ ਉਹੀ ਹੈ। ਮੁੜ ਮੁੜ ਕੇ ਆਪਾਂ ਕਿਉਂ ਪੜ੍ਹਦੇ ਹਾਂ, ਕਿਉਂ ਦੁਹਰਾਉਂਦੇ ਹਾਂ? ਤਾਂ ਕਿ ਸਾਨੂੰ ਯਾਦ ਰਹੇ, ਅਜਿਖੇ ਆਖੋ ਸਤਨਾਮ, ਅਸੀਂ ਭੁੱਲ ਨਾ ਜਾਈਏ। ਇਤਿਹਾਸ ਉਹੀ ਹੈ ਬੁਲਾਰਿਆਂ ਦਾ, ਗੁਰਮੁਖੋ ਸਿਰਫ ਤਰੀਕਾ ਆਪਣਾ ਆਪਣਾ ਤੁਹਾਡੇ ਤੱਕ ਪਹੁੰਚਾਉਣ ਦਾ, ਆਪਣੀ ਆਪਣੀ ਸਮਝ ਨਾਲ ਤੁਹਾਡੇ ਤੱਕ ਪਹੁੰਚਦਾ ਕਰਦੇ। ਇਤਿਹਾਸ ਹੋਈ ਹੈ, ਇਤਿਹਾਸ ਨਹੀਂ ਬਦਲ ਸਕਦਾ, ਬਾਣੀ ਨਹੀਂ ਬਦਲ ਸਕਦੀ। ਸਾਡਾ ਸੁਣਾਉਣ ਦਾ ਢੰਗ ਅਲੱਗ ਅਲੱਗ ਹੈ। ਤੀਜਾ ਸੀ ਵੈਸ, ਵੈਸ ਨੂੰ ਹੁਕਮ ਸੀ ਤੂੰ ਕਿਰਤ ਕਰਕੇ ਅੰਨ ਪੈਦਾ ਕਰਨਾ, ਪਰ ਤੂੰ ਕੇਵਲ ਵੇਦ ਪਾਠ ਸੁਣ ਸਕਦਾ, ਪੜ੍ਹ ਵੀ ਨਹੀਂ ਸਕਦਾ। ਇੰਨੀਆਂ ਪਾਬੰਦੀਆਂ ਸਾਨੂੰ ਲਾਈਆਂ ਗਈਆਂ। ਅਤੇ ਚੌਥਾ ਸੂਦਰ, ਜਿਹਨੂੰ ਸਭ ਤੋਂ ਹੀ ਨੀਵਾਂ, ਸਭ ਤੋਂ ਥੱਲੇ, ਸਭ ਤੋਂ ਛੋਟਾ ਬਣਾਇਆ ਗਿਆ, ਅਤੇ ਬਾਣੀ ਦੇ ਕਹਿਤਾ ਸੂਦਰ ਸ਼ਬਦੰ ਪਰਾਕਿਰਤ ਹੈ, ਉਹਦਾ ਆਪਦਾ ਕੰਮੇ ਕੋਈ ਨਹੀਂ, ਉਹਨੇ ਉੱਪਰਲੀਆਂ ਤਿੰਨੇ ਸ਼੍ਰੇਣੀਆਂ ਦੀ ਸੇਵਾ ਕਰਨੀ ਹੈ। ਅਜਿਖੇ ਆਖੋ ਸਤਨਾਮ, ਉਹਨੂੰ ਕੇਵਲ ਸੇਵਾਦਾਰ ਬਣਾ ਦਿੱਤਾ। ਪਿੰਡਾਂ ਵਾਲੇ ਬੈਠੇ ਆਪਾਂ, ਮੇਰੇ ਹਾਣ ਦੇ ਬਜ਼ੁਰਗ ਬੈਠੇ ਨੇ, ਮੇਰੇ ਤੋਂ ਵੱਡੇ ਬੈਠੇ ਨੇ, ਇੱਥੋਂ ਤੱਕ ਗੁਰਮੁਖ ਪਿੰਡ ਦੇ ਪਾਣੀ ਵੀ ਵੰਡ ਲਏ ਗਏ, ਖੂਹ ਵੀ ਵੰਡ ਦਿੱਤੇ ਗਏ। ਇਹ ਬ੍ਰਾਹਮਣਾਂ ਦਾ ਖੂਹ ਹੈ, ਇਹ ਜੱਟਾਂ ਦਾ ਖੂਹ ਹੈ, ਤੁਸੀਂ ਇੱਧਰ ਨਾ ਆਇਓ, ਦੂਰ ਬੈਠ ਕੇ ਪਾਣੀ ਪੀਣਾ, ਕਿਤੇ ਚੜ੍ਹ ਨਾ ਜਾਵੇ, ਭਿੱਟ ਨਾ ਦਿਓ ਕਿਤੇ। ਇੰਨਾ ਦੁਰਕਾਰਿਆ ਫਟਕਾਰਿਆ ਗਿਆ, ਦੂਰ ਰੱਖਿਆ ਗਿਆ। ਜੇ ਕੋਈ ਸੂਦਰ ਮੂੰਹ ਤੋਂ ਤੁਰਿਆ ਜਾਂਦਾ ਰਾਮ ਜਾਂ ਅੱਲਾ ਕਹਿ ਦੇ, ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ। ਜੇ ਕਿਤੇ ਭੁਲੇਖੇ ਨਾਲ ਤੁਰਿਆ ਜਾਂਦਾ, ਉਹਨੇ ਕਥਾ ਦੇ ਸੁਣਦੀ ਨਾ, ਭੁਲੇਖੇ ਨਾਲ ਹੀ ਤੁਰੇ ਜਾਂਦੇ ਨੇ, ਉਹਦੇ ਕੰਨਾਂ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ, ਤੂੰ ਸੁਣਿਆ ਕਿਉਂ? ਇੰਨੀਆਂ ਪਾਬੰਦੀਆਂ ਸੀ, ਨਾਮ ਸੁਣ ਵੀ ਸਕਦੇ ਸੀ।
ਫਿਰ ਉਹਨਾਂ ਨੂੰ ਉੱਚੇ ਚੁੱਕਣ ਵਾਸਤੇ, ਉਹਨਾਂ ਸਮਾਜ ਵਿੱਚ ਬਰਾਬਰਤਾ ਦਵਾਉਣ ਵਾਸਤੇ ਭਗਤ ਜੀਆਂ ਨੇ ਜਨਮ ਲਿਆ ਹੈ। ਜਿੱਥੇ ਆਖੋ ਸਤ, ਉਹਨਾਂ ਸਮਾਜ ਵਿੱਚ ਬਰਾਬਰਤਾ ਦਵਾਉਣ ਵਾਸਤੇ ਪਰਮੇਸ਼ਰ ਫਿਰ ਆਪ ਹੀ ਆਪਣਾ ਰੂਪ ਧਾਰ ਕੇ ਆਉਂਦੇ ਨੇ ਜਦੋਂ ਲੋੜ ਪੈਂਦੀ ਹੈ। ਪਰਮੇਸ਼ਰ ਫਿਰ ਆਪ ਹੀ ਆਉਂਦਾ ਭਗਤਾਂ ਦੇ ਰੂਪ ਦੇ ਵਿੱਚ, ਇਹ ਭਗਤ ਉਹਦਾ ਰੂਪ ਨੇ। ਅਤੇ ਨਾਂ ਵੀ ਬੜਾ ਸੋਹਣਾ, ਭਗਤ ਭੈ ਜਮਾਂ ਗਤ, ਅਰਥ ਦੇ ਵਿਦਵਾਨਾਂ ਨੇ ਬਹੁਤ ਕੀਤੇ ਨੇ। ਜਿੱਥੇ ਡਰ ਨਾ ਹੋਵੇ, ਜਿੱਥੋਂ ਡਰ ਚੱਲਿਆ ਜਾਵੇ, ਪਰ ਇਹਦਾ ਜਿਹੜਾ ਅਰਥ ਆਪਾਂ ਇਹਨਾਂ ਭਗਤਾਂ ਨਾਲ ਜੋੜਨਾ ਹੈ, ਭਗਤ ਬਾਬਾ ਰਵਿਦਾਸ ਜੀਆਂ ਦੇ ਨਾਲ, ਉਹਨਾਂ ਨੇ ਉਸ ਮੌਕੇ ਦੇ ਜਿਹੜਾ ਕੱਟੜਵਾਦੀ ਸਮਾਜ ਸੀ, ਜਿਹੜਾ ਸਭ ਨੂੰ ਨੀਵਾਂ ਸਮਝ ਕੇ ਆਪਣੇ ਆਪ ਨੂੰ ਉੱਚਾ ਸਮਝਦਾ ਸੀ, ਦੁਰਕਾਰਦਾ ਫਟਕਾਰਦਾ ਸੀ ਨੀਵਿਆਂ ਨੂੰ, ਉਹਨਾਂ ਵਿੱਚ ਖੜ ਕੇ ਡਟ ਕੇ ਗੱਲ ਕਰਨੀ, ਇਹ ਵੀ ਗੁਰਮੁਖੋ ਕਿ ਜੁਰਤ ਵਾਲੀ ਗੱਲ ਸੀ, ਸੂਰਮਤਾਈ ਸੀ। ਅਜਿਖੇ ਆਖੋ ਸਤਨਾਮ, ਡਰ ਵਾਲਾ ਸੱਚ ਬੋਲ ਨਹੀਂ ਸਕਦਾ, ਸੱਚ ਬੋਲਣਾ ਵੀ ਔਖਾ ਹੈ ਅਤੇ ਸੱਚ ਹਜ਼ਮ ਕਰਨਾ ਵੀ ਔਖਾ ਹੈ। ਸੱਚ ਕਹਿਣ ਵਾਲੇ ਨੂੰ ਵੀ ਘਾਟਾ ਪੈਂਦਾ ਅਤੇ ਸੁਣਨ ਵਾਲੇ ਸੱਚ ਸੁਣਨ ਨੂੰ ਵੀ ਤਿਆਰ ਨਹੀਂ। ਹਮੇਸ਼ਾ ਸੱਚ ਬੋਲਣ ਵਾਲਿਆਂ ਨੂੰ ਘਾਟਾ ਹੀ ਪਿਆ, ਪਰ ਥੋੜ੍ਹੇ ਸਮੇਂ ਵਾਸਤੇ। ਪਿੱਛੇ ਥੋੜ੍ਹੀ ਜਿਹੀ ਆਪਾਂ ਪੰਛੀ ਝਾਤ ਮਾਰ ਲਈਏ, ਮੌਕੇ ਦੇ ਮੌਕੇ